ਹਾਂ ਜੀ ਦੋਸਤੋ ਕੀ ਹਾਲ ਚਾਲ ਆਸ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਲੋ ਦੋਸਤੋ ਫੇਰ ਇੱਕ স্পੈਸ਼ਲ ਵੀਡੀਓ ਛੋਟੀ ਜਿਹੀ ਲੈ ਕੇ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਿ ਬਹੁਤ ਮੇਰੇ ਵੀਰਾਂ ਦੇ ਫੋਨ ਆ ਰਹੇ ਆ ਮੈਸੇਜ ਵੀ ਆ ਰਹੇ ਆ ਤੇ ਕਹਿੰਦੇ ਬਈ ਭਾਜੀ ਗਜੇਤਾ ਅਫੀਸ਼ੀਅਲੀ ਦੇ ਵਿੱਚ ਖਬਰ ਆ ਗਈ ਆ ਨਵੀਂ ਡਿਗਰੀਟੋ ਦੀ ਤੇ ਤੁਸੀਂ ਕੋਈ ਅਪਡੇਟ ਨਹੀਂ ਪਾਈ ਸੋ ਇਹ ਕੱਕ ਮੈਂ ਆਨਲਾਈਨ ਮੈਂ ਤਾਂ ਹੀ ਇਸ ਕਰਕੇ ਸ਼ੋਅ ਕਰਦਾ ਹੁੰਦਾ ਜਿਹੜਾ ਸਕਰੀਨ ਰਿਕਾਰਡਿੰਗ ਕਰਕੇ ਨਾ ਵਿਚਾਂਕੇ ਤੁਹਾਨੂੰ ਹਰ ਚੀਜ਼ ਦਾ ਪਤਾ ਲੱਗਦਾ ਰਵੇ ਇਹ ਇਹ ਨਹੀਂ ਮੈਂ ਕੁਝ ਬੋਲ ਕੇ ਨਿਕਲ ਜਾ ਬਾਅਦ ਤੁਸੀਂ ਲੱਭੀ ਜਾਓ ਬਈ ਇੱਥੇ ਹੈ ਤਾਂ ਹੈ ਨਹੀਂ ਕਿਤੇ ਤੇ ਇਹ ਜੀ ਕੰਮ ਨਹੀਂ ਆਪਾਂ ਕਰਦੇ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਕੋਈ ਵੀ ਖਬਰ ਅਪਡੇਟ ਆਉਂਦੀ ਹੈ ਬਾਹਰ ਤਾਂ ਆਪਾਂ ਉਸੇ ਟਾਈਮ ਹੀ ਤੁਹਾਡੇ ਨਾਲ ਸ਼ੇਅਰ ਕਰਦੇ ਆ ਤੇ ਵੀਰਾਂ ਦੇ ਆਏ ਸੀ ਕਮੈਂਟ ਤੇ ਮੈਸੇਜ ਕਹਿੰਦੇ ਭਾਜੀ ਬਈ ਇੱਕ ਤਾਂ ਇਹ ਤੇ ਇੱਕ ਕਹਿੰਦੇ ਟਰੱਕ ਡਰਾਈਵਰਾਂ ਦਾ ਗਜੇਤੇ ਅਫੀਸ਼ੀਅਲ ਇਹਦੇ ਵਿੱਚ ਨਿਕਲਿਆ ਵੀ ਟਰੱਕ ਡਰਾਈਵਰਾਂ ਦੀ ਮੰਗ ਪਤਾ ਨਹੀਂ 30 35 ਹਜ਼ਾਰ ਕੁਝ ਕਹਿੰਦੇ ਸੀਗੇ ਦੀ ਰੱਖਣੀ ਟਰੱਕ ਡਰਾਈਵਰੀ ਚਾਹੀਦੇ ਆ ਸੋ ਦੋਸਤੋ ਭਾਈ ਮੈਂ ਦੱਸਦਾ ਭਈ ਇਹ ਹੋ ਜਾ ਕੋਈ ਗਜ਼ੇਤਾ ਅਫੀਸ਼ੀਅਲ ਦੇ ਵਿੱਚ ਫਿਲਹਾਲ ਜਿਹੜਾ ਕੋਈ ਇਹਨਾਂ ਨੇ ਅਪਡੇਟ ਨਹੀਂ ਪਾਈ ਗਜ਼ੇਤਾ ਅਫੀਸ਼ੀਅਲ ਦੇ ਵਿੱਚ ਕੁਝ ਇਦਾਂ ਦੀ ਨਵੀਂ ਚੀਜ਼ ਹਜੇ ਨਹੀਂ ਆਏਗੀ ਗਜ਼ੇਤਾ ਅਫੀਸ਼ੀਅਲ ਦੇ ਵਿੱਚ ਪਿਛਲੀ ਜਿਹੜੀ 31 12 ਦੀ ਸੀਰੀਜ਼ ਉਹੀ ਹਜੇ ਸ਼ੋ ਹੋ ਰਹੀ ਹੈ ਉਸ ਤੋਂ ਬਾਅਦ ਅਗਜੇਤਾ ਅਫੀਸ਼ੀਅਲ ਦੇ ਵਿੱਚ ਕੋਈ ਅਪਡੇਟ ਨਹੀਂ ਸ਼ੋ ਹੋ ਰਹੀ ਤੇ ਨਾ ਹੀ ਹਜੇ ਕੋਈ ਅਪਡੇਟ ਆਈ ਹੈ ਪਹਿਲੀ ਗੱਲ ਇਹ ਦੂਸਰੀ ਗੱਲ ਵੀ ਆ ਤੁਸੀਂ ਵੇਖ ਰਹੇ ਜਿੱਥੇ ਮੇਰੀ ਸ਼ੈਡੋ ਕਮਰੀ 31 12 ਦੀ ਲਾਸਟ ਅਪਡੇਟ ਨੋਟਿਸ ਸੀ ਨੋਟਿਸ ਜੇ ਆਇਆ ਵਾ ਉਸ ਤੋਂ ਬਾਅਦ ਗਜੇਤਾ ਅਫੀਸਿਅਲ ਦੇ ਵਿੱਚ ਕੋਈ ਨਵਾਂ ਨੋਟਿਸ ਇਹਨਾਂ ਨੇ ਜਾਰੀ ਨਹੀਂ ਕੀਤਾ ਗਿਆ ਤੇ ਜਿੰਨਾ ਤੱਕ ਗੱਲ ਰਹੀ ਵੀ ਡਿਕਰੇਟੋ ਫਲੂਸੀ ਦੀ ਵੀ ਗਜੇਤਾ ਅਫੀਸ਼ੀਅਲ ਦੇ ਵਿੱਚ ਆ ਗਈ ਉਹ ਵੀ ਨਹੀਂ ਹਜੇ ਤੱਕ ਆਈ ਗਈ ਤੁਹਾਨੂੰ ਦੱਸਿਆ ਵੀ ਜਦੋਂ ਵੀ ਇਹ ਗਜੇਤਾ ਅਫੀਸ਼ੀਅਲੀ ਦੇ ਵਿੱਚ ਡਗਰੇ ਤੋਂ ਫਲੂਸੀ ਆ ਜਾਂਦੀ ਐ ਇੰਟਰ ਕਰ ਜਾਂਦੀ ਐ ਉਸ ਤੋਂ ਬਾਅਦ ਇਹ ਕਾਨੂੰਨ ਬਣ ਜਾਂਦਾ ਸੋ ਇਹ ਦੱਸ ਦਿਆ ਵੀ ਗਜੇਤਾ ਅਫੀਸ਼ੀਅਲੀ ਦੇ ਵਿੱਚ ਜੇ ਨਹੀਂ ਛਪ ਗਈ ਆਏਗੀ ਐਵੇਂ ਕਿਸੇ ਕਿਸੇ ਵੀ ਚਲੋ ਅੱਗੇ ਤੁਹਾਡੀ ਮਰਜ਼ੀ ਹੈ ਜਿਹੜੇ ਵੀ ਚੈਨਲ ਤੁਸੀਂ ਵੇਖਦੇ ਆ ਪਰ ਕਿਸੇ ਗਲਤ ਫਰਾਡ ਚੈਨਲ ਤੇ ਯਕੀਨ ਕਰਨਾ ਵੀ ਸਹੀ ਗੱਲ ਨਹੀਂ ਹੁੰਦੀ ਤੇ ਗੱਲ ਕਰਦਾ ਟਰੱਕ ਡਰਾਈਵਰਾਂ ਦੀ ਦੋਸਤੋ ਵੀ ਜਿਹੜੇ ਤੁਸੀਂ ਕਹਿ ਰਹੇ ਆ ਵੀ ਹੋ ਸਕਦਾ ਵੀ 30000 ਕਲਾ ਟਰੱਕ ਡਰਾਈਵਰ ਹੀ ਨਹੀਂ ਮੰਗਿਆ ਹੋ ਸਕਦਾ ਵੀ ਜਿਹੜਾ ਇਹ 30000 ਬੰਦਾ ਜਿਹੜਾ ਨੌਨ ਸੀਜ਼ਨਲ ਜਿਹੜੇ ਪੇਪਰਾਂ ਦੇ ਹੁੰਦਾ ਪੱਕੇ ਸਾਲ ਆਉਂਦੇ ਤੇ ਹੁੰਦਾ ਉਹਦਾ ਕੋਟਾ ਜਰੂਰ ਹੋ ਸਕਦਾ ਨੌਨ ਸੀਜ਼ਨਲ ਪਰ ਉਹ ਵੀ ਫਲਹਾਲ ਹਜੇ ਤੱਕ ਕਿਸੇ ਗਜੇਤੇ ਦੇ ਵਿੱਚ ਹਜੇ ਸ਼ਬਕੇ ਨਹੀਂ ਆਇਆ ਵੀ ਕਿੰਨਾ ਹੋਣਾ ਨੌਨ ਸੀਜ਼ਨਲ ਕਿੰਨਾ ਨਹੀਂ ਅਖਬਾਰ ਦੇ ਵਿੱਚ ਕਿਸੇ ਦੇ ਵਿੱਚ ਨਹੀਂ ਸ਼ਬਕੇ ਆਇਆ ਜਿਹੜਾ ਮੈਂ ਦੱਸਿਆ ਸੀਗਾ ਇੱਕ ਪਹਿਲਾਂ ਪੁਰਾਣੀ ਉਦੋਂ ਮੈਂ ਵੀਡੀਓ ਵੀ ਪਾਈ ਸੀ ਸਪੈਸ਼ਲ ਵੀ 40000 ਦਾ ਕੋਟਾ ਇੱਕ ਅਖਬਾਰ ਨੇ ਕੱਢਿਆ ਸੀਗਾ ਵੀ 40 42000 ਕੱਲਾ 9 ਮਹੀਨੇ ਦਾ ਕੋਟਾ ਹੋ ਸਕਦਾ ਤੇ ਉਹ ਵੀ ਅਖਬਾਰ ਨੇ ਇਹ ਦੱਸਿਆ ਸੀ ਵੀ ਕੋਟਾ ਜਾਰੀ ਕਰ ਸਕਦੀ ਹੈ ਨਾ ਕਿ ਘਰਤਾ ਕੋਟਾ ਜਾਰੀ ਸੋ ਜੱਜਮੈਂਟ ਤਾਂ ਤੁਹਾਨੂੰ ਪਤਾ ਸਾਰੇ ਅਖਬਾਰ ਨਹੀਂ ਯੂਟਿਊਬ ਚੈਨਲ ਇਹ ਸਾਰੇ ਲਾਉਂਦੇ ਹੁੰਦੇ ਆ ਜੱਜਮੈਂਟ ਜਿਵੇਂ ਆਪਣੇ ਇੰਡੀਆ ਦੇ ਵਿੱਚ ਜੱਜਮੈਂਟ ਜੱਗ ਬਾਣੀ ਵਾਲੇ ਹੋਰ ਲਾਉਂਦੇ ਆ ਕੋਈ ਤੇ ਅਗਬਾਣੀ ਵਾਲੇ ਹੋਰ ਲਾਉਂਦੇ ਆ ਜੀਤ ਵਾਲੇ ਹੋਰ ਲਾਉਂਦੇ ਇਸੇ ਤਰ੍ਹਾਂ ਹੀ ਜੱਜਮੈਂਟਾਂ ਸਾਰੇ ਅਖਬਾਰਾਂ ਨੇ ਲਾਉਣੀਆਂ ਪਰ ਜੱਜਮੈਂਟ ਉੱਥੇ ਆ ਕੇ ਕਲੀਅਰ ਹੋਣੀ ਹੈ ਜਦੋਂ ਆਹ ਤੁਹਾਡੀ ਸਕਰੀਨ ਤੇ ਜਿਹੜਾ ਤੁਸੀਂ ਵੇਖ ਰਹੇ ਆਂ ਜਦੋਂ ਇਸ ਅਖਬਾਰ ਦੇ ਵਿੱਚ ਸ਼ਬਕੇ ਆ ਗਿਆ ਨਾ ਇਹ ਇੱਕ ਜੇਤ ਆਫੀਸ਼ੀਅਲ ਹੈ ਦੈਲਾ ਰਿਪਬਲਿਕਾ ਇਟਾਲੀਆਨਾ ਸਰਕਾਰੀ ਅਖਬਾਰਾ ਸਰਕਾਰੀ ਗਜੇਤਾ ਇਹਦੇ ਵਿੱਚ ਜੋ ਸ਼ਬਕੇ ਆ ਗਿਆ ਤੇ ਬਾਕੀ ਟਰੱਕ ਡਰਾਈਵਰਾਂ ਦੀ ਗੱਲ ਕਰਦੇ ਆਂ ਦੋਸਤੋ ਕਿਸੇ ਏਜੰਟਾਂ ਦੇ ਚੱਕਰ ਚ ਨਾ ਫਸਿਓ ਜੇ ਤੁਹਾਨੂੰ ਕੋਈ ਕਹਿੰਦਾ ਵੀ ਤੁਹਾਨੂੰ ਟਰੱਕ ਡਰਾਈਵਰ ਦੇ ਤੌਰ ਤੇ ਭੇਜੂ ਭੇਜਣਗੇ ਇਟਲੀ ਦੇ ਵਿੱਚ ਠੀਕ ਇਥੇ ਮੈਂ ਤੁਹਾਨੂੰ ਕਲੀਅਰ ਕਰਨਾ ਵੀ ਟਰੱਕ ਡਰਾਈਵਰ ਦੇ ਤੌਰ ਤੇ ਇਥੇ ਇਟਲੀ ਦੇ ਵਿੱਚ ਕੋਈ ਬੰਦਾ ਨਹੀਂ ਆ ਸਕਦਾ ਆ ਸਕਦਾ ਠੀਕ ਆ ਸਾਡੇ ਪੇਪਰਾਂ ਤੇ ਆ ਸਕਦਾ ਟਰਾਂਸਪੋਰਟ ਮੈਗਜ਼ੀਨਾਂ ਦੇ ਵਿੱਚ ਕੰਮ ਕਰਨ ਆਸਤੇ ਆ ਸਕਦਾ ਜੀ ਟਰਾਂਸਪੋਰਟ ਖੇਤਰ ਦੇ ਵਿੱਚ ਠੀਕ ਆ ਵੀ ਇਹ ਨਹੀਂ ਵੀ ਆਉਂਦਾ ਹੀ ਬੰਦਾ ਇਥੇ ਟਰੱਕ ਡਰਾਈਵਰ ਦੀ ਸੀਟ ਤੇ ਬਹਿ ਜਾਊਗਾ ਟਰੱਕ ਦੀ ਸੀਟ ਤੇ ਬਹਿ ਜਾਊਗਾ ਕਿਉਂਕਿ ਇਥੇ ਦੋਸਤੋ ਲਿਜੇ ਜਿਹੜੇ ਹੈਗੇ ਆ ਡਰਾਈਵਰੀ ਕਰਨ ਆਸਤੇ ਕੱਲੀ ਗੱਡੀ ਆਸਤੇ ਲਾਇਸੈਂਸ ਚਾਹੀਦਾ ਹੁੰਦਾ B ਇਤੋਂ ਦਾ ਲਾਇਸੈਂਸ ਬੀ ਕਲੀ ਗੱਡੀ ਚਲਾਉਣੀ ਆ ਜੇ ਤੁਸੀਂ ਟਰੱਕ ਚਲਾਉਣਾ ਤੇ ਤੁਹਾਡੇ ਆਸਤੇ ਬੀ ਤੋਂ ਵੀ ਉੱਪਰ ਦਾ ਲਾਇਸੈਂਸ ਟਰੱਕ ਆਸਤੇ ਹੁੰਦਾ ਜਿਹੜਾ ਸੀਕਿਊਸੀ ਜਿਹਨੂੰ ਚੀਕੂਚੀ ਲਾਇਸੈਂਸ ਕਹਿੰਦੇ ਆ ਜਿਹੜਾ ਪੂਰੇ ਯੂਰਪ ਦੇ ਵਿੱਚ ਚੱਲਦਾ ਉਹਦੀ ਲੋੜ ਪੈਂਦੀ ਆ ਉਹ ਤਾਂ ਮਿਲਦਾ ਜੇ ਪਹਿਲਾਂ ਤੁਹਾਡੇ ਕੋਲ ਏ ਬੀ ਸੀ ਇਹ एबीसी ਲਾਇਸੈਂਸ ਹੋਵੇ ਤੇ ਉਸ ਤੋਂ ਬਾਅਦ ਚੀਕੂ ਚੀਕ ਕਰਨਾ ਪੈਂਦਾ ਜਿਹਦੇ ਤੇ ਖਰਚਾ ਵੀ 3-4000 ਯੂਰੋ ਖਰਚਾ ਹੀ ਆ ਜਾਂਦਾ ਲਾਇਸੈਂਸ ਕਰਨ ਤੇ ਤੇ ਉਹ ਵੀ ਪੜ ਕੇ ਕਰਨਾ ਪੈਂਦਾ ਪੜ ਕੇ ਡਰਾਈਵਿੰਗ ਡਰਾਈਵਰੀ ਕਰਕੇ ਤੇ ਬਹੁਤ ਗੋਡੇ ਘਸਾ ਕੇ ਮਿਲਦਾ ਉਹ ਵੀ ਲਾਇਸੈਂਸ ਦੋਸਤੋ ਵੀ ਇਦਾਂ ਨਹੀਂ ਵੀ ਸਿੱਧੇ ਲਾਇਸੈਂਸ ਮਿਲ ਜਾਂਦਾ ਹੁਣ ਆ ਦੋਸਤੋ ਬਈ ਇਹ ਖਬਰਾਂ ਪਤਾ ਨਹੀਂ ਕੌਣ ਛਾਪ ਰਿਹਾ ਕੌਣ ਦੱਸ ਰਿਹਾ ਨੰਬੇ ਸਾਹਮਣੇ ਆ ਰਹੇ ਆ ਵੀ ਇਹਨਾਂ ਨੇ ਡਰਾਈਵਰ ਬਾਹਰੋਂ ਮਗਾਉਣੇ ਆ ਬਾਹਰੋਂ ਮਗਾ ਕੇ ਡਰਾਈਵਰਾਂ ਨੂੰ ਇਹਨਾਂ ਨੇ ਤੋੜਨਾ ਕਿਹੜੀਆਂ ਸੜਕਾਂ ਤੇ ਆ ਇਹ ਨਹੀਂ ਸਮਝ ਆਉਂਦੀ ਕਿਉਂਕਿ ਜਿਹੜਾ ਇਟਲੀ ਦੀਆਂ ਸੜਕਾਂ ਤੇ ਯੂਰਪ ਦੀਆਂ ਸੜਕਾਂ ਤੇ ਬੰਦਾ ਉਹੀ ਤੁਰ ਸਕਦਾ ਟਰੱਕ ਲੈ ਕੇ ਜਿਹਦੇ ਕੋਲੇ ਸੀਕਯੂਸੀ ਲਾਇਸੈਂਸ ਹੈਗਾ ਤੇ ਇਹ ਖਬਰਾਂ ਪਤਾ ਨਹੀਂ ਕਿੱਥੋਂ ਕੱਟ ਰਹੇ ਨੇ ਏਜੰਟੀ ਕੱਟ ਰਹੇ ਆ ਖਬਰਾਂ ਏਜੰਟੀ ਫਲਾਉਂਦੇ ਹੁੰਦੇ ਆ ਤੁਹਾਨੂੰ ਪਤਾ ਹੀ ਹੈ ਤੇ ਬਾਕੀ ਇਹ ਜਿਹੇ ਖਬਰਾਂ ਦੇ ਚੱਕਰਾਂ 'ਚ ਨਾ ਫਸਿਓ ਹਾਂ ਕੋਟਾ ਜ਼ਰੂਰ ਖੁੱਲੂਗਾ ਤੁਹਾਨੂੰ ਦੱਸਿਆ ਵੀ 80782705 ਦਾ ਕੋਟਾ ਉਹਦੇ ਵਿੱਚ ਸਾਲ ਵਾਲੇ ਪੇਪਰ ਵੀ ਹੋਣਗੇ 9 ਮਹੀਨੇ ਵਾਲੇ ਵੀ ਹੋਣਗੇ ਚੇਂਜ ਕਰਾਉਣ ਵਾਲੇ ਵੀ ਹੋਣਗੇ ਪਰਮੈਸੋ ਦੀ ਸਜੋਰ ਤੋਂ ਚੇਂਜ ਕਰਾਉਣ ਕਨਵਰਸਿਓਨ ਵਾਲੇ ਪੇਪਰ ਵੀ ਹੋਣਗੇ ਸਾਰਾ ਕੋਟਾ ਉਹਦੇ ਵਿੱਚ ਹੋਊਗਾ ਤੇ ਜਿਹੜੇ ਸਾਲ ਵਾਲੇ ਪੇਪਰਾਂ ਦੇ ਵਿੱਚ ਟਰਾਂਸਪੋਰਟ ਦੇ ਖੇਤਰ 'ਚ ਵੀ ਹੋਣਗੇ ਟਰਾਂਸਪੋਰਟ ਦੇ ਮੈਗਾ ਜੀਨਾਂ ਦੇ ਖੇਤਰ 'ਚ ਜਾਂ ਹੋਟਲ ਟੂਰਿਜ਼ਮ ਵਾਲੇ ਵੀ ਹੋਣਗੇ ਤੇ ਰੈਸਟੋਰੈਂਟ ਵਾਲੇ ਵੀ ਹੋਣਗੇ ਇਹ ਸਾਰਾ ਕੋਟਾ ਵਿੱਚ ਹੋਊਗਾ ਜਦੋਂ ਵੀ ਗਜੇਤ ਅਫੀਸ਼ੀਅਲ ਇਹਦੇ ਵਿੱਚ ਆ ਗਿਆ ਤੇ ਇਹਦੇ ਚ ਟਰੱਕ ਡਰਾਈਵਰਾਂ ਦਾ ਕੋਈ ਸਪੈਸ਼ਲ ਕੋਟਾ ਨਹੀਂ ਉਹਨਾਂ ਦਾ ਵੀ ਟਰੱਕ ਡਰਾਈਵਰ ਵੀ ਚਾਹੀਦੇ ਆ ਟਰੱਕ ਡਰਾਈਵਰ ਤੁਹਾਨੂੰ ਪਹਿਲਾਂ ਹੀ ਦੱਸ ਕੇ ਜਿਹੜਾ ਵੀ ਟਰੱਕ ਡਰਾਈਵਰ ਚਲਾਉਣ ਵਾਸਤੇ ਟ੍ਰੈਕਿੰਗ ਕਰਨ ਵਾਸਤੇ ਇੱਥੇ ਜਿਹੜਾ ਲਾਇਸੈਂਸ ਆ ਉਹ ਬਹੁਤ ਗੋਡੇ ਖਸਾ ਕੇ ਮਿਲਦਾ ਕਹਿ ਸਕਦੇ ਆ ਵੀ ਬਹੁਤ ਔਖਾ ਮਿਲਦਾ ਲਾਇਸੈਂਸ ਸੋ ਇੰਡੀਆ ਵਾਲਾ ਲਾਇਸੈਂਸ ਜਾਂ ਪਾਕਿਸਤਾਨ ਵਾਲਾ ਜਾਂ ਬੰਗਲਾਦੇਸ਼ ਵਾਲਾ ਆਪਣਾ ਲਾਇਸੈਂਸ ਇੱਥੇ ਨਹੀਂ ਚੱਲਦੇ ਹਾਂ ਜਿਹੜੇ ਨਾਰਮਲ ਲਾਇਸੈਂਸ ਆ ਉਹ ਚੱਲ ਜਾਂਦੇ ਜਿਹੜਾ 1 ਸਾਲ ਪਹਿਲਾਂ ਉਹਨੂੰ ਟਰਾਂਸਲੇਟ ਕਰਾ ਕੇ 1 ਸਾਲ ਉਹਦੇ ਉੱਤੇ ਗੱਡੀ ਆਪਾਂ ਜਿਹੜੀ ਚਲਾ ਸਕਦੇ ਹੁੰਦੇ ਆ ਸੋ ਹਵਾਲੇ ਦਿਨਾਂ ਦੇ ਵਿੱਚ ਵੇਖਦੇ ਆਂ ਦੋਸਤੋ ਜਿੱਦਾਂ ਵੀ ਇਹ ਗਜੇਤ ਆਫੀਸ਼ੀਅਲ ਦੇ ਵਿੱਚ ਇਸ ਅਖਬਾਰ ਦੇ ਵਿੱਚ ਸ਼ਫਕੀ ਖਬਰ ਸਾਹਮਣੇ ਆ ਗਈ ਤੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਵੀ ਕਿਹੜੇ ਮਹਿਕਮੇ ਚ ਕਿਹੜੀ categories ਚ ਕਿੰਨਾ ਕੋਟਾ ਜਾਨੇ ਮੰਗਿਆ ਸੋ ਇਹੀ ਮੈਂ ਫੇਰ ਕਹਿੰਦਾ ਵੀ ਫੋਰ ਕਿਸੇ ਏਜੰਟਾਂ ਦੀਆਂ ਗੱਲਾਂ ਤੇ ਜਾਂ ਕਿਸੇ ਕਿਸਮ ਦੀ ਉਹ ਗਲਤ ਜਿੱਕੀਆਂ ਨਾ ਕਰਿਓ ਕਿਉਂਕਿ ਜਦੋਂ ਵੀ ਕੋਈ ਅਪਡੇਟ ਆਉਂਦੀ ਆ ਸਭ ਤੋਂ ਪਹਿਲਾਂ ਗਜੇਤਾ ਆਫੀਸ਼ੀਅਲ ਇਹਦੇ ਵਿੱਚ ਕਿ ਸ਼ਬਕੇ ਤੇ ਉਸ ਤੋਂ ਬਾਅਦ ਗਜੇਤਾ ਆਫੀਸ਼ੀਅਲ ਇਹਦੇ ਵਿੱਚ ਜਿਹੜੀ ਖਬਰ ਛਪਕੇ ਆਉਂਦੀ ਹੈ ਉਹ ਮੈਂ ਤੁਹਾਨੂੰ ਵਿਖਾਉਣਾ ਵੀ ਕਿਉਂ ਜੀ ਹੁੰਦੀ ਆ ਇਹ ਨਹੀਂ ਵੀ ਕਿ ਨੋਰਮਲ ਖਬਰਾਂ ਵਾਂਗੂ ਹੀ ਹੁੰਦੀ ਆ ਜਿਹੜੀ ਗਜੇਤਾ ਆਫੀਸ਼ੀਅਲ ਇਹਦੇ ਵਿੱਚ ਆ ਜਿਹੜਾ ਮੈਂ ਪਿੱਛੇ ਆਹ ਪਹਿਲਾਂ ਹੀ ਖੋਲਦਾ ਪਹਿਲੀ ਸੀਰੀਜ਼ ਇਹਨੂੰ ਖੋਲ ਕੇ ਤੁਹਾਨੂੰ ਹੋਣਾ ਵੀ ਇਦਾਂ ਦੀ ਛਪਕੇ ਆਉਂਦੀ ਹੁੰਦੀ ਹੈ ਗਜੇਤਾ ਆਫੀਸ਼ੀਅਲ ਇਹਦੇ ਵਿੱਚ ਕੋਈ ਵੀ ਖਬਰ ਹੋਵੇ ਆ ਜਿਵੇਂ 28 ਦਸੰਬਰ ਦਾ ਡਿਕਰੀਟੋ ਛਪੀ ਸੀਗੀ ਇੱਕ ਇਹਨੂੰ ਐ ਖੋਲ ਕੇ ਵਿਖਾਉਣਾ ਵੀ ਕਿਦਾਂ ਦੀ ਹੁੰਦੀ ਹੈ ਆਹ ਵੇਖ ਲਓ ਦੋਸਤੋ ਇਹ ਡਿਕਰੀ ਤੋਂ ਹੋਰ ਆ ਇਹ ਡਿਕਰੀ ਤੋਂ ਕਾਨੂੰਨ ਹੋਰ ਆ ਇਸ ਤਰ੍ਹਾਂ ਦਾ ਸ਼ਬਕ ਕਿਉਂ ਦਾ ਲੇਜਾ ਤੁਸੀਂ ਵੇਖ ਰਹੇ ਆ ਥੱਲੇ ਠੀਕ ਆ ਇਸ ਤਰ੍ਹਾਂ ਸ਼ਬਕ ਕਿਉਂਦੀ ਹੁੰਦੀ ਹੈ ਕੋਈ ਵੀ ਡਿਕਰੀ ਤੋਂ ਲੇਜੇ ਹੋਵੇ ਡਿਕਰੀ ਤੋਂ ਕੁਝ ਵੀ ਹੋਵੇ ਜਦੋਂ ਗਜ਼ੀਤਾ ਅਫੀਸਰ ਇਹਦੇ ਵਿੱਚ ਇਸ ਤਰ੍ਹਾਂ ਦੀ ਲਿਖਾਈ ਦੇ ਵਿੱਚ ਸ਼ਬਕ ਆਉਂਦਾ ਕੁਝ ਵੀ ਜਦੋਂ ਗਜ਼ੀਤਾ ਅਫੀਸਿਆਲੀ ਦੇ ਵਿੱਚ ਸ਼ਬਕ ਆ ਜਾਂਦਾ ਸੋ ਮੈਂ ਫੇਰ ਕਹਿੰਦਾ ਜੇਦੋਂ ਵੀ ਕਿਤੇ ਅਫੀਸ਼ੀਅਲ ਦੇ ਵਿੱਚ ਜਿਹੜੀ ਆਪਣੀ ਸ਼ਬਕੇ ਆ ਗਈ ਇਹ ਕਦੋਂ ਵੀ ਆ ਗਈ ਜਿਹੜੀ ਫਲੂਸੀ ਦੀ ਨਿਊਜ਼ ਉਹ ਇਸ ਤਰ੍ਹਾਂ ਸ਼ਬਕੇ ਆਉਗੀ ਇਹਦੇ ਵਿੱਚ ਸਾਰਾ ਦੱਸਿਆ ਹੋਊਗਾ ਕੋਈ ਕੋਟਾ ਸਾਰਾ ਜਾਰੀ ਕੀਤਾ ਹੋਣਾ ਸਾਰਾ ਕੁਝ ਜਾਰੀ ਕੀਤਾ ਹੋਣਾ ਸੋ ਐਵੇਂ ਕਿਸੇਆਂ ਗੱਲਾਂ ਦੇ ਵਿੱਚ ਨਾ ਆਇਆ ਕਰੋ ਦੋਸਤੋ ਬਾਕੀ ਤੁਹਾਨੂੰ ਪਤਾ ਹੈ ਆਪਾਂ ਜਿਹੜੀ ਖਬਰ ਸ਼ੇਅਰ ਕਰਦੇ ਹੁੰਦੇ ਹਾਂ ਸਾਰੀ ਵਿਦ ਪ੍ਰੂਫ ਵਿਦ ਡਾਕੂਮੈਂਟ ਸਾਰਾ ਕੁਝ ਦਿਖਾਉਣੇ ਹੁੰਦੇ ਆ ਦਿਖਾਉਂਦੇ ਹੁੰਦੇ ਆ ਸੋ ਮਿਲਦੇ ਆ ਦੋਸਤੋ ਅਗਲੀ ਵੀਡੀਓ 'ਚ ਆਸ ਕਰਦੇ ਆਂ ਵੀ ਇੱਕ ਅੱਧੇ ਦਿਨ ਚ ਇਹ ਗੀਤਾ ਅਫੀਸ਼ੀਅਲ ਦੇ ਵਿੱਚ ਆ ਗਈ ਆਪਾਂ ਤੁਹਾਨੂੰ ਇਸੇ ਤਰ੍ਹਾਂ ਦਿਖਾਵਾਂਗੇ ਸਾਰਾ ਕੁਝ ਖੋਲ ਕੇ ਕੱਚਾ ਚਿੱਠਾ ਤੇ ਓਕੇ ਦੋਸਤੋ ਮਿਲਦੇ ਆਂ ਅਗਲੀ ਨਿਊਜ਼ ਚ ਸਤਿ ਸ਼੍ਰੀ ਅਕਾਲ ਸਾਰਿਆਂ